ਇਹਦੇ ਮੋਟਰ ਹੈ ਨਹੀਂ ਫਿਰ ਟੈਂਕੀ ਵੀ ਡਿੱਗ ਜਾਏਗਾ। ਅੱਛਾ ਮੋਟਰ ਦਾ ਸੋਚਿਆ? ਹਾਂ ਮੋਟਰ ਦਾ ਸੋਚਿਆ, ਮੋਟਰ ਵਾਲਾ ਫਿਰ ਟਰੈਕਟਰ ਦਾ ਆਪਾਂ ਕਹਿੰਦੇ ਰੋਟਰੀ ਪਾ ਪੈ ਜਾਂਦੇ ਜਾਂ ਵੱਲੇ ਜਾਂ ਨਹੀਂ, ਮਤਲਬ ਕੋਈ ਵੀ ਟਰੈਕਟਰਾਂ ਵੱਲੇ ਜੇ ਪੰਪ ਵਰਦਾ ਮਰਦਾ ਇਹਨਾਂ ਸਿੱਧੀ ਹੋਰ ਜ਼ਿਆਦਾ ਵਰਦਾ। ਅੱਛਾ ਇਹ ਤਾਂ ਸਾਨੂੰ ਸਖਸੀ ਪੈ ਗਈ ਜੀ। ਠੀਕ ਹੈ, ਕਿੰਨੇ ਦਾ ਬਣਿਆ ਪੰਪਰ? ਪੈਂਫਰ ਪਾ ਤੇ ਆ ਬਣਿਆ ਤੁਹਾਨੂੰ ਭਾਈ 11,000 ਰੁਪਇਆ ਲੱਗੇ। ਮਰਗਾੜ ਮਰਗਾੜ ਦੇ ਪੈਂਫਰ 95-97 ਕਿਲੋ ਦਾ ਆਏ ਬਣ ਗਿਆ ਇਕੱਲਾ। ਅੱਛਾ ਕੁਝ ਨਾਲ ਮਰਗਾੜ ਟਾਇਰ ਕਿੰਨੇ ਨੰਬਰ ਦੇ ਨੇ? ਟਾਇਰ ਉਹ 16 ਦੇ ਰੀਡੀ ਲੈ ਜੋੜੇ ਹੁੰਦੇ ਜੀ ਟਾਇਰ। ਅੱਛਾ ਠੀਕ ਹੈ, ਤਾਂ ਹੀ ਮਹਿੰਗੇ ਤਾਂ ਹੁੰਦੇ ਨੇ ਪਰ ਦਾ ਕਿ ਦੂਜੇ ਨੰਬਰ ਟਾਇਰ 16 ਦੇ ਥੋੜਾ ਸਿਰ ਆਪਾਂ ਬਾਹਰ ਕੱਢਦੇ। ਅੱਛਾ ਕੰਪਿਊਟਰ ਆ ਸਲਿੱਪ ਘੱਟ ਮਾਰ। ਹਾਂ ਨਾਲ ਦੇ ਲਵਾਉਣ ਨਾਲ ਦਾ ਕੰਮ ਨਿਕਲ ਨਾਲੇ ਆਪਣਾ ਤੇਲ ਇੱਥੇ ਤੋਂ ਜਦੋਂ ਸਲਿੱਪ ਮਾਰੇ ਜਾਂ ਤੇਲ ਵਧ ਖਾਂਦਾ ਲੱਗ ਜਾ ਆਪਣੇ ਟੇਮ ਵੀ ਵਧ ਲੱਗਦਾ ਹੈ ਤੇ ਤੇਲ ਵੀ ਵਧ ਖਾਂਦਾ ਵੀ ਜਦੋਂ ਟਰੈਕਟਰ ਸਲਿੱਪ ਮਾਰਿਆ ਜੋੜੇ ਹੋ ਗਏ ਜੀ ਟਰੈਕਟਰ ਸਲਿੱਪ ਨਹੀਂ ਮਾਰਦਾ। ਥੱਲੇ ਬਹਿ ਜਾਂਦੀ ਆ ਜੇ ਦੇਖਿਆ ਮਾਮੂਲੀ ਜਿਹਾ ਘਸਾਈ ਤੋਂ ਪੈਂਦੀ ਆ ਫਰਕ ਦੂਜੇ ਟਾਇਰ ਤੋਂ ਮੇਰੇ ਦੇਖੇ ਦੇਖੇ ਅੱਗ ਲੱਗ ਗਿਆ ਦੂਜੀ। ਤੂੰ ਵੀ ਆਏਗਾ ਵੀਡੀਓ 'ਚ ਕਹਿੰਦੇ ਬੁਢਾ ਇਹਨੂੰ ਭਿੱਦੂ ਕਹਿੰਦੇ ਨੇ ਭਿੱਦੂ ਬਹੁਤ
ਕਰਪੂ ਆਣਾ ਰੇਂਜਰ ਜਪਾਂਗੇ ਤਾਂ 5 ਵਜੇ ਉੱਠ ਜੀ 4 ਵਜੇ ਫਿਰ 5 ਵਜੇ ਚੱਲਿਆ ਰਸਤਾ ਕੱਟਣਾ ਕੰਮ ਹੋ ਗਿਆ ਥੋੜਾ ਜਿਹਾ ਉਧਰ ਦਾ ਰਾਤ ਹਨੇਰੀ ਆ ਗਿਆ ਬੜਾ ਨੁਕਸਾਨ ਹੋਇਆ ਅੱਛਾ ਇੱਥੇ ਵੀ ਹਨੇਰੀ ਆਈ ਸੀ ਉਧਰ ਤਾਂ ਪਤਾ ਕੀ ਹੈ ਜੀ ਜਲਵਾਣਾ ਕੋਲੇ ਸਰਕਾਰਾਂ ਦੇ